ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ 'ਚ। ਅਤੇ ਆਪਾਂ ਜੀ ਮਸ਼ੀਨਾਂ ਰਿਪੇਅਰ ਕੀਤੀ ਸ਼ੁਰੂ ਕੱਲ੍ਹ ਤੋਂ, ਅਤੇ ਕੱਲ੍ਹ ਆਪਾਂ ਨੇ ਨਹੀਂ ਲੱਗੇ, ਪਰਸੋਂ ਤੋਂ ਸ਼ੁਰੂ ਕੀਤਾ ਕੰਮ, ਕੱਲ੍ਹ ਰੈਸਟ ਕੀਤਾ ਕਿਉਂਕਿ ਆਪਾਂ ਹੁਣ ਦੋ ਤਿੰਨ ਦਿਨ ਲਾਉਣੇ ਆ ਇੱਥੇ, ਬਾਅਦ 'ਚ ਚਲੇ ਜਾਣਾ ਬਾਹਰ। ਉੱਧਰ ਮਸ਼ੀਨ ਬਾਹਰ ਵੀ ਖੜੀ ਆਪਣੀ ਇੱਕ ਜੱਸੀ, ਉਹਨੂੰ ਰਿਪੇਅਰ ਕਰਨਾ। ਅਤੇ ਇਹਦੇ ਜੀ ਮਸ਼ੀਨ ਦੇ ਪਹਿਲਾਂ ਤੁਹਾਨੂੰ ਇਹ ਗੱਲ ਕਰਦਾ, ਆਪਣੇ ਵੀਰਾਂ ਨੇ ਕਮੈਂਟ ਕੀਤਾ ਕਿ ਬਾਈ ਜੀ ਤੁਸੀਂ ਆਪ ਧਿਆਨ ਰੱਖਿਆ ਕਰੋ ਇੰਜਨ ਦਾ, ਅਤੇ ਆਪ ਗੌਰ ਕਰਿਆ ਕਰੋ ਇਹ ਚੀਜ਼ਾਂ ਬਾਰੇ। ਆਪਾਂ ਜੀ ਆਪਾਂ ਇਹ ਮਸ਼ੀਨ 'ਤੇ ਹੈ ਹੀ ਨਹੀਂ ਸੀ, ਤੁਸੀਂ ਬੇਬੀ ਨੂੰ ਦੇਖਦੇ ਰਹੇ ਆਪਣੀਆਂ। ਆਪਾਂ ਮਸ਼ੀਨ ਦੂਸਰੀ ਜੱਸੀ 'ਤੇ ਸੀ, ਉੱਧਰ ਬਾਹਰ ਹੈ, ਅਤੇ ਇਹਦੇ 'ਤੇ ਗਏ ਚਾਂਦੀ ਰਾਮ ਅਤੇ ਇੱਕ ਛੋਟਾ ਬਿੱਲੀ ਸੀ ਮੇਰਾ। ਅਤੇ ਇਹਨਾਂ ਨੇ ਨਹੀਂ ਗੌਰ ਗੁਰ ਕੀਤੀ ਕਿ ਚਾਂਦੀ ਰਾਮ ਨੂੰ ਪਤਾ, ਉਹਨੇ ਦੱਸਿਆ ਹੀ ਨਹੀਂ। ਇਸ ਕਰਕੇ ਆਪਾਂ ਜੇ ਮੈਂ ਅੰਦਰ ਫਿਰ ਚੈੱਕ ਕਰਦਾ ਵੀ ਜਾਂਦੇ ਮਸ਼ੀਨ ਬਾਰੇ, ਅਤੇ ਬਾਕੀ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਵੀ ਇੰਡਕਸ਼ਨ ਖੋਲ੍ਹੀ ਆ ਇਹਨੇ ਕੱਲ੍ਹ। ਇੰਡਕਸ਼ਨ ਕੱਲ੍ਹ ਖੋਲ੍ਹੀ ਆ, ਅਤੇ ਇੰਡਕਸ਼ਨ ਦੇ ਵਿੱਚੋਂ ਦੋ ਤਿੰਨ ਨੁਕਸ ਨਿਕਲਿਆ। ਇਹ ਬੰਦੇ ਸਾਡੇ ਕਹਿੰਦੇ ਵੀ ਇਹਦਾ ਬੈਰਿੰਗ ਇਹਦੇ ਖਰਾਬ ਨੇ, ਬੈਰਿੰਗ ਪੈਨਲ ਜਾਂ ਐਕਸਲ ਦੀ ਸ਼ੀਟਾਂ ਬਾਰੇ ਦੱਸਦੇ ਵੀ ਉਹ ਢਿੱਲੀਆਂ ਨੇ। ਆ ਦੇਖੋ ਸ਼ੀਟਾਂ ਵੀ ਬਿਲਕੁਲ ਸਹੀ ਆ, ਅਤੇ ਆ ਬੈਰਿੰਗ ਵੀ ਸਹੀ ਨੇ। ਇਹਦੇ ਨੁਕਸ ਨਿਕਲਿਆ ਇੱਕ ਨਿੱਕਾ ਜਿਹਾ, ਛੋਟਾ ਜਿਹਾ ਨੁਕਸ ਨਿਕਲਿਆ, ਕੋਈ ਜ਼ਿਆਦਾ ਵੱਡਾ ਨਹੀਂ ਸੀ। ਅਤੇ ਆ ਇੰਡਕਸ਼ਨ ਪਈ ਆ, ਕਿਉਂਕਿ ਮਸ਼ੀਨ ਸੀ ਪਹਿਲਾਂ ਨੀਲੇ ਕਲਰ 'ਚ, ਆਪਾਂ ਉਹਨੂੰ ਹਰਾ ਬਣਾਤਾ ਮੋਡੀਫਾਈ ਮਾੜੀ ਮੋਟੀ ਕਰਕੇ, ਅਤੇ ਆ ਇੰਡਕਸ਼ਨ ਪਈ ਆ। ਅਤੇ ਆ ਇੱਕ ਪੀਨੀਅਨ, ਇੱਕ ਤਾਂ ਨਿਕਲਿਆ ਪੀਨੀਅਨ ਦਾ ਫਾਲਟ, ਉਹ ਤਾਂ ਚਲੋ ਆਵਾਜ਼ ਵਾਜ਼ ਕਰਕੇ ਹੁੰਦਾ ਹੀ ਹੈ। ਅਤੇ ਮੇਨ ਫਾਲਟ ਤੁਹਾਨੂੰ ਦੱਸਣਾ ਆਪਾਂ ਹੁਣੇ ਥੋੜ੍ਹੇ ਟਾਈਮ ਤੱਕ ਦੱਸਦੇ ਹਾਂ ਵੀ ਇਹਦਾ ਮੇਨ ਫਾਲਟ ਕੀ ਨਿਕਲਿਆ। ਇਹ ਕਹਿੰਦਾ ਵੀ ਆਪਾਂ ਨੂੰ ਪੁੱਛਦੇ ਹਾਂ ਵੀ ਇਹਨੂੰ ਹੈ ਕੀ ਸੀ ਇੰਡਕਸ਼ਨ ਨੂੰ। ਇੱਧਰ ਦੋ ਬੰਦੇ ਲੱਗੇ, ਆਪਾਂ 12 ਛਾਲੀ ਬਾਹਰ ਕੱਢਣੀਆਂ। ਕਿਹੜਾ ਫਾਲਤੂ ਹੈ, ਇੱਕ ਟਰੈਕਟਰ ਮਸ਼ੀਨ ਵਾਲੇ ਨੂੰ ਦੇ ਦਿਓ ਨਵਾਂ ਛਾਲਣਾ। ਕਿਹੜਾ ਫਾਲਤੂ, ਕਿੰਨੇ ਇੰਚ ਪਲਾ ਏ? ਨਵਾਂ ਹੈ, ਬਿਲਕੁਲ ਨਵਾਂ ਛਾਲਣਾ, ਆਪਾਂ ਤਾਂ ਐਵੇਂ ਕੱਢ ਦਿੱਤਾ। ਵੇਖ ਤਾਂ ਕਿਸੇ ਕਸ ਵੱਡੀ 'ਤੇ ਚੱਲਦਾ ਰਿਹਾ ਆਪਣੇ 12 ਛਾਲੀ 'ਚ ਵੀ। ਕਿੰਨਾ ਨੂੰ ਪੰਮਾ ਦਾ ਮੈਂ ਮਸ਼ੀਨ ਦੂਜਾ ਵੇਚਣੀ, ਤਾਂ ਮੇਰੇ ਨਾਲ ਕਰੋ ਗੱਲ। ਹੈ ਇੰਨਾ ਦੇਰ ਆ ਗਈ ਮਸ਼ੀਨ 'ਤੇ, ਹੈਂ ਕਿਉਂ? ਪਹਿਲਾਂ ਸਤਿ ਸ਼੍ਰੀ ਅਕਾਲ ਬਣਾ ਆਪਣੇ ਵੀਰਾਂ ਨੂੰ, ਸਤਿ ਸ਼੍ਰੀ ਅਕਾਲ ਬਣਾ ਪਹਿਲਾਂ ਸਾਰਿਆਂ ਨੂੰ। ਕਾਰ ਨਹੀਂ ਕਾਲ, ਅਤੇ ਪੰਮਾ ਦਾ ਮਸ਼ੀਨ ਦਿਓ ਮੈਨੂੰ, ਪਟਵਾਰੀ ਤਾਂ ਮੈਂ ਦੋਵਾਂ ਚਲਾਉਣੀ ਹੈ। ਪਟਵਾਰੀ ਵੇਖ ਲੈਣੀ ਤਾਂ ਨਵੀਂ ਲੈਣੀ ਫਿਰ ਕਢਾ ਕੇ। ਬਾਕੀ ਇਹ ਮਸ਼ੀਨ ਯਾਰ ਵੇਚਣ ਵਾਲੀ ਹੈਗੀ ਨਹੀਂ ਪੰਮਿਆਂ, ਤੈਨੂੰ ਆਪਾਂ ਹੋਰ ਦੇ ਦਿੰਦੇ, ਕੋਈ ਉਹ ਦੇ ਦਿੰਦੇ। ਹੋਰ ਇਹਦੇ 'ਚ ਕੀ ਆਇਆ ਹੋਇਆ ਰਾਜ ਛਿਪਿਆ ਵੀ ਇਹ 12 ਛਲ ਨਾਲ ਲੈਂਦਾ, ਮੈਨੂੰ ਆਹ ਮਸ਼ੀਨ ਦੇ ਦਿਓ। ਇਹਦੇ 'ਚ ਰਾਜ ਕੀ ਛਿਪਿਆ ਪੰਮੇ ਨੇ, ਅਤੇ ਦੇਣੋ ਲੱਗ ਗਈ। ਇੱਧਰ ਆ ਮਾੜਾ ਦੱਸ, ਇੱਧਰ ਆ ਕੇ ਦੱਸ ਮਾੜਾ ਯਾਰ, ਇੱਧਰ ਆ ਕੇ ਸਾਹਮਣੇ ਦੱਸੋ ਇਹਦੇ 'ਚ ਆਇਆ ਸੀ ਕੀ ਚੀਜ਼ ਤੂੰ ਲੱਭ ਲਈ ਜਿਹੜੀ ਤੁਹਾਨੂੰ ਆਹ ਮਸ਼ੀਨ ਦਿਓ ਮੈਨੂੰ ਚਲਾਉਣਾ ਤੂੰ ਨਾ, ਵੀ ਇਹਦੇ ਖਾਸੀਅਤ ਕੀ ਲੱਭੀ ਤੈਨੂੰ, ਵੀ ਕੀ ਚੀਜ਼ ਤੈਨੂੰ ਚੰਗੀ ਲੱਗੀ ਜਿਹੜੀ ਤੈਨੂੰ ਮੈਨੂੰ ਆਹ ਮਸ਼ੀਨ ਦੇ ਦਿਓ, ਤੈਨੂੰ ਬਹੁਤ ਦੇ ਦਿੰਦੇ ਦੂਜੀ। ਪਰਾਲੀ ਵੀ ਨਹੀਂ ਮਾਰਦੀ? ਅੱਛਾ, ਝੋਨਾ ਮਾਰਨਾ ਕੁਛ ਮਾਰਦੀ ਹੈ? ਅੱਛਾ, ਸਫਾਈ ਪੂਰੀ ਸਾਫ਼ ਹੈ, ਤਾਂ ਕਰਕੇ ਤੁਹਾਨੂੰ ਵੀ ਮੈਨੂੰ ਦੇ ਦਿਓ ਮਸ਼ੀਨ। ਅੱਛਾ, ਕਹਿੰਦਾ ਜੀ ਮੈਨੂੰ ਆਹ ਮਸ਼ੀਨ ਦੇ ਦਿਓ, ਅਤੇ ਮੇਰਾ ਇਰਾਦਾ ਵੀ ਇਹਨੂੰ ਮੋਡੀਫਾਈ ਕਰਨੇ, ਆਪਾਂ ਕੈਬਨ ਘੁੰਮਣ ਨਵਾਂ ਬਣਾਉਣੇ ਆ, ਥੋੜ੍ਹਾ ਥੋੜ੍ਹਾ ਜਿੱਦਾਂ ਜਿੱਦਾਂ ਕੈਬਨ 'ਚ ਇੱਥੇ ਫਾਲਟ ਮਿੱਟੀ ਮੁੱਟੀ ਪੈ ਕੇ, ਬਾਕੀ ਤਕਰੀਬਨ ਮਸ਼ੀਨ ਕੋਈ ਕਿਤੋਂ ਨਹੀਂ ਗਲੀ ਕਿਸੇ ਤਰ੍ਹਾਂ ਦੀ ਵੀ
ਤੁਹਾਡੇ ਸਾਹਮਣੇ ਆ ਕੋਈ ਨਹੀਂ। ਬਾਕੀ ਇਹਦਾ ਕਟਰ ਆਪਾਂ ਨਵਾਂ ਤਿਆਰ ਕਰਵਾਇਆ ਸੀ, ਰੀਲ 6 ਪੈਪ ਵਾਲੀ ਆ, ਕਟਰ ਬਿਲਕੁਲ ਨਵਾਂ ਲਿਆਂਦਾ ਏਜੰਸੀ ਚੋਂ। ਹੋਰ ਇਹਦੇ ਕੋਈ ਕਿਤੇ ਨਹੀਂ, ਕੋਈ ਗਲੀ ਨਹੀਂ ਮਸ਼ੀਨ ਕਿਤੋਂ, ਕੋਈ ਕਿਸੇ ਤਰ੍ਹਾਂ ਦਾ ਇਹਨੂੰ ਫਾਲਟ ਆਇਆ ਹੀ ਨਹੀਂ ਮਸ਼ੀਨ ਨੂੰ। ਮਸ਼ੀਨ ਬਹੁਤ ਵਧੀਆ ਹੈ, ਇਹਦੇ ਕਰਕੇ ਪੰਮਾਂ ਦਾ ਮੈਨੂੰ ਆਹ ਮਸ਼ੀਨ ਦੇ ਦਿਓ। ਜੇ ਪੰਮਾਂ ਤੈਨੂੰ ਹੋਰ ਲੱਭ ਦਿੰਦੇ ਨਾਲ ਦੀ ਤਾਂ ਫਿਰ ਇਹਦੇ ਨਾਲ ਦੀ ਚਰਾਲਿਆਂ ਦਾ ਪੁਲੀਆਂ 'ਚ ਮਿਲਣੀ ਹੈ, ਪੁਲੀਆਂ 'ਚ ਪੱਲਿਆਂ ਹੁਣ ਕੌਣ ਤੈਨੂੰ ਕਰਕ ਦੇਵੇਦਾ, ਪੁਲੀਆਂ ਲੱਭਦੀ ਹੈ ਹੈਂ। ਫਿਰ ਹੋਰ ਦੇ ਵਿੱਚ ਹੋਰ ਵੀ ਕਮੀਆਂ ਬੜੀਆਂ ਨੇ, ਉਹਦੇ ਬਾਰੇ ਕੀ ਕਹਿਣਾ ਤੇਰਾ? ਉਹ ਧਿਆਨ ਨਾਲ ਹੋਰ ਵਿੱਚ ਹੋਰ ਵੀ ਸੈਟਿੰਗ ਕੀਤੀ ਨਾ ਆਪਾਂ, ਇਹ ਥੋੜ੍ਹਾ ਵੀ ਇਕੱਲੇ। ਬਾਕੀ ਇਹਦਾ ਬੈੱਡ ਹੈ, ਇਹ ਇੱਧਰ ਆਹ ਤਾਂ ਜੁੰਦਾ, ਇਹਦਾ ਲੰਮਾ ਬੈੱਡ ਆ ਗਏ ਸਾਡੇ ਡੈਕਸ਼ਨ ਦੇ ਬਾਦਸ਼ਾਹ। ਉਹ ਡੈਕਸ਼ਨ ਕੀ ਫਾਲਟ ਸੀ ਹੈਂ ਕੀ ਤੈਨੂੰ ਨਾ ਪਤਾ ਨਾ, ਹੋਰ ਤੂੰ ਦੱਸ ਇੱਧਰ ਕੀ ਫਾਲਟ ਸੀ ਡੈਕਸ਼ਨ ਨੂੰ? ਦੇਖਭਾਲ ਆਪ ਕੀਤੀ ਕਰ ਇੰਜਨ ਦੀ, ਥੱਲੇ ਵੇਖ ਕੇ ਲੰਘੋ, ਤਾਰ ਉਹਨਾਂ ਵਜਾ ਲੋ ਜੇ। ਇਹਨੂੰ ਤਾਂ ਪੰਮਾ ਆਪਾਂ ਮੋਡੀਫਾਈ ਕਰਨਾ ਇਹਨੂੰ ਨਾ, ਹੁਣ ਤਾਂ ਕਿ ਟਾਈਮ ਹੈਗਾ ਘੱਟ, ਆਪਾਂ ਸਾਰਾ ਰੰਗ ਰੁੰਗ ਪੱਟ ਕੇ ਨਾ ਸਾਰਾ ਰੰਗ ਨਵਾਂ ਲਾ ਕੇ ਹੈਂ, ਇਹੋ ਜਿਹਾ ਹੀ ਉਹੋ ਜਿਹਾ ਠੀਕ ਰਹਿਣਾ ਉਹ ਆ ਹੈਂ। ਨਹੀਂ ਸਾਰੀ ਕਾਸ਼ਤ ਕੁਸ਼ਤ ਮਾਰ ਕੇ ਆਪਾਂ ਐਂ ਤਸੱਲੀ ਨਾਲ ਇੱਕ ਇਕੱਲਾ ਲੋਹਾ ਹੀ ਕੱਢ ਦੇਣਾ, ਅਤੇ ਜਿਹੜੀ ਕਮੀ ਸ਼ਮੀ ਇਹ ਵਿੱਚ ਐਂ ਕੱਢ ਕੇ ਐਂ ਵਧੀਆ ਮਸ਼ੀਨ ਬਣਾ ਦੇਣੀ ਵੀ ਜਿਹੜੀ ਆਪਾਂ ਨਵੀਂ ਦਿਸੇ ਨਾਲ ਕੋਈ ਫਰਕ ਨਹੀਂ ਨਿਕਲਦੀਆਂ ਨੀ, ਪਤਾ ਕੀ ਉਹਦਾ ਕੋਈ ਫਰਕ ਨਹੀਂ ਗਾ, ਇਹ ਇਹ ਹੈਗਾ ਹੀ ਕੰਬਾਈਨ ਵਾਲਾ ਕਰਤਾਰ ਵਾਲਾ ਬਸ ਇੱਕੋ ਨਾਲ ਦੋ ਮਸ਼ੀਨਾਂ ਲੱਗੇ, ਕਈਆਂ ਦਾ ਮੇਰੇ ਹੈ ਕੱਲ ਕਈਆਂ ਦਾ ਹੈ ਕੱਲ, ਇੱਕੋ ਨਾਲ ਫਿਰ ਉਹਦੇ ਨਾਲ ਦਾ ਤਾਂ ਹੀ ਬਣੇਗਾ ਨਾਲ ਹੀ ਕਰਨਾ ਪੈਣਾ। ਨਹੀਂ ਜਿੰਦੇ ਬਣੇ ਤਾਂ ਆਹ ਮਸ਼ੀਨ ਲੈ ਜਾਣਾ, ਉਹ ਤਾਂ ਨਹੀਂ ਆਉਂਦਾ ਮੇਰੇ ਬਣਾ, ਹੋਰ ਕੱਲ ਆਹ ਹੀ ਆਵੇ ਇਵੇਂ ਆਉਂਦਾ ਕਿ ਨਹੀਂ ਹਨਾ, ਉਹ ਤਾਂ ਨਹੀਂ ਆਵੇ ਵੀ ਇਹੀ ਆਵੇ, ਇਹ ਕਿਉਂ ਆਉਂਦੇ ਨਾ ਆਵੇ ਪਤਾ ਇਹਦੇ ਕਰ ਨਾ, ਇੱਕ ਨੇ ਤੁਹਾਨੂੰ ਆਖ ਦਿੱਤਾ ਯਾਰ ਉਹਨਾਂ ਨਾਲ ਇਕੱਲੀ ਖਲਾਰਾ ਬੜਾ ਪਾਉਂਦੇ ਨੇ, ਉਹ ਕਿੰਨੇ ਆਖਿਆ ਖਲਾਰਾ ਤਾਂ ਪਾਏ ਨਾ ਉਹ ਜਵਾਨ ਹਨਾ, ਖਲਾਰਾ ਹੈ ਖਲਾਰਾ ਤਾਂ ਪਾਉਂਦੇ ਨਾ, ਤੇਰਾ ਪੈ ਗਿਆ ਅਰੇ ਉਹਨਾਂ ਨਾਲ ਇਕੱਲੀ ਖਲਾਰਾ ਬੜਾ ਪਾਉਂਦਾ ਹੈ, ਤੇ ਖਲਾਰਾ ਪਾਇਆ ਇਹਨਾਂ ਨੇ ਨਾ ਤੇਰਾ ਬਦਨਾਮ ਹੋ ਗਿਆ ਇਹਨਾਂ ਦਾ ਕਰੀਦ ਮੈਂ ਚੁੱਕ ਕੇ ਲਾਣੇ। ਅੱਛਾ ਤਾਂ ਕਰਕੇ ਆਉਂਦੇ ਸੀ ਅੱਛਾ, ਹੁਣ ਤੁਹਾਨੂੰ ਲੈ ਚੱਲ ਜਾਵੇ ਡੈਕਸ਼ਨ ਕੋਲੇ ਆ ਜਾ ਵੀ ਜਾਣਾ, ਡੈਕਸ਼ਨ ਤੁਹਾਨੂੰ ਦੱਸਣਾ ਕੀ ਫਾਲਟ ਨਿਕਲਿਆ ਜਿਹੜਾ, ਕਈਆਂ ਤਾਂ ਬੰਦਿਆਂ ਨੂੰ ਬਹੁਤ ਪਤਾ ਹੈਗਾ ਇਹਦੇ ਬਾਰੇ ਡੈਕਸ਼ਨਾਂ ਡੁਸਾਂ ਬਾਰੇ, ਬਹੁਤ ਮਾਰ ਬੰਦੇ ਪਏ ਆ, ਅਤੇ ਕਈ ਮੇਰੇ ਵੀਰ ਜਿਹੜੇ ਅਣਜਾਣ ਜਾਣੇ ਜਿਹਨਾਂ ਨੂੰ ਨਹੀਂ ਪਤਾ ਹੈਗਾ ਇਹਦੇ ਬਾਰੇ, ਉਹਦੇ ਬਾਰੇ ਤੁਹਾਨੂੰ ਦੱਸਣਾ ਆਪਾਂ ਡੈਕਸ਼ਨ ਬਾਰੇ। ਕੈਮਰਾ ਫੜ ਤੂੰ ਦੇਖੋ ਜੀ ਇਹਦਾ ਵਾਸ਼ਰ ਵਾਸ਼ਰ ਉੱਤੇ ਪਾਈਪ ਹੀ ਆ, ਵਾਸ਼ਰ ਪਾਈਪ ਹੀ ਉੱਪਰ ਬੈਰਿੰਗ ਦੇ, ਅਤੇ ਆਹ ਦੇਖੋ ਕਿੰਨਾ ਇਹਦੇ 'ਚ ਉੱਤੇ ਗੈਪ ਆ, ਜੇਕਰ ਆਪਾਂ ਟਿੱਕੀ ਲਾਉਂਦੇ ਹਾਂ ਮੰਨ ਲਓ ਵੀ ਆਹ ਟਿੱਕੀ ਲੱਗ ਗਈ
ਆਹ ਦੇਖੋ ਇੰਨਾ ਫਾਲਟ ਪੈ ਗਿਆ, ਇਹ ਟਿੱਕੀ ਹੁਣ ਰੱਖੀ ਆਪਾਂ ਨੇ ਪੁੱਠੀ, ਹੁਣ ਰੱਖਣਾ ਕਿ ਸਿੱਧੀ, ਸਿੱਧੀ ਰੱਖ ਕੇ ਤਾਂ ਆਹ ਦੇਖੋ ਇੰਨਾ ਸਨ ਵਿੱਚ ਇੰਨੀ ਡਕਸ਼ਨ ਗਾਂਹ ਪਛਾਣ ਹੋਣੀ ਹੋਣੀ ਆ, ਕਿਉਂਕਿ ਜਦੋਂ ਆਹ ਚੀਜ਼ ਆਪਣੀ ਢਿੱਲੀ ਆ ਤਾਂ ਇਹ ਤਾਂ ਹੁਣ ਤੁਹਾਨੂੰ ਫਾਲਟ ਦੱਸਣਾ ਵੀ ਇਹਦੇ 'ਚ ਕੀ ਨਿਕਲਿਆ, ਇਹਦੇ 'ਚ ਫਾਲਟ ਨਿਕਲਿਆ ਜੀ ਆ ਗਈ ਵਾਸ਼ਲ, ਉਹ ਨਿਕਲ ਬਾਹਰ ਆਉਣਾ ਇਹਦੇ ਫਾੜ ਨਿਕਲਿਆ ਜੀ ਅਵਾਸ਼ਲ ਦਾ, ਅਵਾਸ਼ਲ ਕਸੀ ਵੀ ਆ ਇਹਦੇ ਕਰਕੇ ਆਹ ਚੀਜ਼ ਆ ਜਾਂਦੀ ਉੱਪਰ ਆ ਅਤੇ ਚੱਲ ਫਿਰ ਤਾਂ ਨਹੀਂ ਨਿਕਲਦੀ। ਇੱਕ ਨੰਬਰ ਇਹ ਇਹੀ ਫਾਲਟ ਨਿਕਲਿਆ, ਹੋਰ ਇਹਦੇ ਕੋਈ ਫਾਲਟ ਨਹੀਂ ਜਿਹੜੇ ਮੇਰੇ ਵੀਰਾਂ ਦੇ ਵਿੱਚ ਚੱਲ ਰਹਿ ਜਾਂਦੀ, ਕਈ ਬੈਰਿੰਗ ਨਵੇਂ ਪਾ ਦਿੰਦੇ ਆ, ਜੇਕਰ ਬੈਰਿੰਗ ਟੁੱਟਾ ਉਹ ਤਾਂ ਆਪਾਂ ਨੂੰ ਪਾਉਣਾ ਹੀ ਪੈਣਾ, ਬਾਕੀ ਤਕਰੀਬਨ ਇਹਨਾਂ 'ਚ ਮਾੜਾ ਮੋਟਾ ਫਾਲਟ ਹੁੰਦਾ ਵਾਸ਼ਲਾਂ ਵੁਸ਼ਲਾਂ ਜੀ, ਜੇ ਹੋਰ ਇਹਦੇ ਕੋਈ ਕੋਈ ਨੁਕਸ ਨਹੀਂ ਹੁੰਦਾ ਕੋਈ ਵੱਡਾ। ਅਤੇ ਹੁਣ ਤੁਹਾਨੂੰ ਆਪਾਂ ਦਿਖਾਉਂਦੇ ਹਾਂ ਆਪਾਂ ਜੀ ਇਹਦੇ ਆਹ ਚੀਜ਼ਾਂ ਲਾਉਣੀਆਂ ਡਬਲ ਹੋਮ ਬਣਾ ਕੇ ਕਿ ਨਵੇਂ ਕੱਪ ਆ, ਦਿਖਾ ਮੜਾ ਨੇੜੇ ਆ ਜਾਓ ਆਹ ਚੀਜ਼ਾਂ, ਕਿਉਂਕਿ ਇਹ ਸਿੰਗਲ ਸਿੰਗਲ ਬੈਰਿੰਗ ਵਾਲੀਆਂ ਨੇ ਅਤੇ ਇਹ ਗੱਲ ਬਣਦੀ ਨਹੀਂ ਉੱਦਾਂ ਦੀ, ਅੱਗੇ ਡਬਲ ਇੱਕ ਲਾਇਆ ਸੀ ਥੱਲੇ ਬੈੱਡ ਵੀ ਡਬਲ ਕਰਤੇ, ਆਹ ਹੁਣ ਮੇਨ ਰਹਿ ਗਿਆ ਇਹ ਵੀ ਆਪਾਂ ਕੀ ਕਰ ਦਿੰਦੇ ਹਾਂ। ਅਤੇ ਇੰਜਨ ਤਾਂ ਆਪਾਂ ਤੁਹਾਨੂੰ ਅੱਜ ਲੈ ਕੇ ਚੱਲਦੇ ਹਾਂ, ਇੰਜਨ ਕੋਲ ਇੰਜਨ ਦਾ ਕੀ ਕੀ ਕੰਮ ਹੁੰਦਾ ਨਿਕਲਿਆ, ਕਿੰਨਾ ਕੁ ਨੁਕਸ ਨਿਕਲਿਆ ਉਹ ਵੀ ਤੁਹਾਨੂੰ ਦਿਖਾਵਾਂ, ਕਿੰਨਾ ਖਰਚਾ ਆਊਗਾ ਤੁਹਾਨੂੰ ਦੱਸਾਂਗੇ, ਇੰਜਨ ਦੇ ਨਾਲੇ ਗੌਰ ਕਰਿਆ ਕਰੋ। ਬੰਦਾ ਨੀਰ ਤਾਂ ਕਾਸ ਕੇ ਰੱਖੇ ਉਹਦੇ ਵਿੱਚ ਰੱਖ ਚੱਕੀ ਫਿਰਦਾ, ਇਹਦੇ ਸਟਾਰਟ ਨਾ ਕਰ ਲਈਏ ਚਲੋ ਚੱਲ ਚੱਲ ਬੰਦੇ ਜਿਹੜਾ ਪਹਿਲੋ ਆਪਣੇ ਕੋਲ ਦੋ ਤਿੰਨ, ਇੱਕ ਨੇ ਰੱਖ ਲਿਆ ਮੁਰਗੀਆਂ ਦੇ ਚੂਚੇ ਰੱਖ ਲਿਆ, ਤੇ ਇੱਕ ਨੇ ਦੂਸਰਾ ਸੂਰ ਸਰ ਵਗੈਰਾ ਰੱਖੇ ਆ। ਆਹ ਬੰਦਾ ਆਪਾਂ ਨਵਾਂ ਲਿਆਂਦਾ ਸੁੱਖਾ ਨਾ ਨਾ ਇਧਰਾਂ ਮਾੜਾ ਇੰਟਰਵਿਊ ਕਰਾਈ, ਉਹ ਪਿਹਾ ਕਿੱਧਰ ਨਿਕਲਾ ਜਾਂਦਾ ਤਾਰ ਤੁਰ ਵਜਾਵੇਗਾ ਸਿਰ ਤੇ, ਹੋਇਆ ਨਹੀਂ ਸਟਾਰਟ ਇੰਜਨ ਆਪਣਾ, ਦੋ ਬੈਂਟਰੇ ਲਾ ਕੇ ਚੈੱਕ ਕਰ ਲਿਆ ਸੀ, ਹੁਣ ਆਪਾਂ ਟਾਈਟਰ ਨਾਲ ਖਿੱਚਣ ਲੱਗੇ ਅੱਗੇ ਨੂੰ, ਖਿੱਚ ਕੇ ਫਿਰ ਬਾਹਰ ਖੁੱਲ੍ਹੇ ਥਾਂ ਦੇਖਦੇ ਹਾਂ। ਦੂਜਾ ਲਾ ਲਾ ਦੱਸ, ਓਏ ਫੋਟੋ ਨਾ ਲੱਗਾ ਹੁਣ ਦੱਸ ਵੀ ਇਹ ਮੰਨਿਆ ਨੀ ਜਵਾਨ ਹੈ ਹੋਰ ਪੰਮਿਆ, ਮਸ਼ੀਨ ਸਟਾਰਟ ਨਹੀਂ ਹੋਈ, ਦੋ ਬੈਂਟਰੀ ਲਾ ਕੇ ਆਪਾਂ ਵੇਖ ਲਈਆਂ।
ਇਹਦੇ ਬਾਰੇ ਦੱਸ ਵੀ ਆਪਣੇ ਕੋਈ ਫਾਲਟ ਹੈ ਪੰਪ ਵਾਲੇ ਫਾਲਟ ਹੈ ਕਿ ਇੰਜਨ ਵਾਲੇ ਫਾਲਟ ਹੈ ਜਿਹਨੇ ਇੰਜਨ ਕੀਤਾ ਹੈ ਪੰਪ ਵਾਲੇ ਸੀ ਮੈਨੂੰ ਲੱਗਦਾ ਤਾਂ ਅੱਛਾ ਹਾਂ ਕੌਣ ਕੌਣ ਆਪਾਂ ਜੀ ਬੰਦਾ ਨਵਾਂ ਰੱਖਿਆ ਸਤਿ ਸ਼੍ਰੀ ਅਕਾਲ ਬੁਲਾ ਪਹਿਲਾਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਤਾਂ ਬੁਲਾ ਲੈ ਲੈ ਨੁੱਕਦਾ ਹੀ ਫਿਰਨਾ ਤੂੰ ਇੱਧਰ ਮੂੰਹ ਕਰ ਮੇਰੇ ਵੱਲ ਚੱਲ ਸਤਿ ਸ਼੍ਰੀ ਅਕਾਲ ਤੂੰ ਰਹਿ ਨਹੀਂ ਦੇ ਅਤੇ ਇਹ ਬੰਦਾ ਆਪਾਂ ਜਾਣਾ ਜੀ ਬਾਹਰ ਹੈ ਐਮ ਪੀ ਅਤੇ ਜਿਹੜੇ ਪਹਿਲੋਂ ਆਪਣੇ ਦੋ ਬੰਦੇ ਉਹ ਉਹਨਾਂ ਨੇ ਖਰ ਕੀ ਦੱਸਿਆ ਰੱਖਿਆ ਉਹਨਾਂ ਨੇ ਹੈਂ ਕੀ ਪਾਣਾ ਬਣਿਆ ਉਹਨਾਂ ਨਾਲ ਕਬੂਤਰ ਰੱਖ ਲੈਣ ਦੋ ਕਬੂਤਰ ਕਬੂਤਰ ਤਾਂ ਵੀ ਰੱਖੀ ਫਿਰਦੇ ਨੇ ਚੂਚੇ ਚੂਚੇ ਨਾਲ ਹੋ ਕੇ ਕਬੂਤਰ ਆ ਚੂਚੇ ਵੀ ਅੱਛਾ ਆਪਣਾ ਨਾਂ ਨਹੀਂ ਲੈਣਾ ਠੀਕ ਹੈ ਬਿੱਲੀਆਂ ਨਹੀਂ ਆ ਇੱਕ ਨੇ ਚੂਚੇ ਰੱਖੇ ਆ ਅਤੇ ਇੱਕ ਨੇ ਸੂਰ ਰੱਖੇ ਆ ਹੈਂ ਅਤੇ ਉਹ ਬੰਦੇ ਕੀ ਆਉਂਦੇ ਵੀ ਅਸੀਂ ਬਾਹਰ ਸੀਜ਼ਨ ਨਹੀਂ ਲਾਉਣਾ ਅਸੀਂ ਘਰੇ ਕਰਾਂਗੇ ਕੰਮ ਅਤੇ ਆਪਾਂ ਫਿਰ ਬੰਦੇ ਦੋ ਨਵੇਂ ਰੱਖਿਆ ਹੋਰ ਤੁਹਾਨੂੰ ਇੱਕ ਤਾਂ ਬੰਦਾ ਆ ਗਿਆ ਇਹਨੇ ਸਤਿ ਸ਼੍ਰੀ ਅਕਾਲ ਤੁਹਾਨੂੰ ਬੁਲਾ ਲਿਆ ਫਿਰ ਪੁੱਛਦੇ ਆਪਾਂ ਨੂੰ ਵੀ ਸੀਜ਼ਨ ਲਵਾ ਜਾਂਗੇ ਨਾ ਪੂਰਾ ਪੂਰਾ ਲਵਾ ਜਾਂਗੇ ਮਾੜੀ ਮੋਟੀ ਦਾ ਮਾੜੀ ਮੋਟੀ ਦਾ ਨਹੀਂ ਇੱਧਰ ਮੂੰਹ ਕਰਕੇ ਦੱਸ ਲਵਾਵੇਂ ਕਿਹੜਾ ਸੀਜ਼ਨ ਪੂਰਾ ਸਹੀ ਰਹੇਗਾ ਤਾਂ ਲਵਾਵਾਂਗੇ ਅੱਛਾ ਹੋਰ ਠੀਕ ਹੈ ਜੇ ਖਰਾਬ ਤੂੰ ਕਰੇਗਾ ਫਿਰ ਅਸੀਂ ਵਿੱਚੇ ਭਾਜਣਾ ਇਹ ਤਾਂ ਹੈ ਫਿਰ ਰਾਤ ਨੂੰ ਨਹੀਂ ਨਿਕਲਣਾ ਸੀ ਬਈਆਂ ਦਾ ਰਾਤ ਤੂੰ ਬਾਹਰ ਸਿੱਖਾ ਕਰ ਚਾਬੀ ਕਿਹੜਾ ਕਿਹੜਾ ਨੰਬਰ ਹੈ ਕਿਹੜਾ ਕਿਹੜਾ ਨੰਬਰ ਹੈ ਵੀ ਗੌਰ ਰੱਖਿਆ ਕਰ ਰੋਟੀਆਂ ਵਾਲਾ ਕੱਲੇ ਰੋਟੀਆਂ ਪਕਾਉਣੇ ਬਸ ਹੋਰ ਨੀ ਕੁਛ ਵੀ ਕਰਨਾ ਹੈ ਚੈਨ ਲਾਇਆ ਮੈਂ ਚੈਨ ਹੀ ਪਾ ਦੇ ਬ੍ਰੇਕ ਤਾਂ ਮਸ਼ੀਨ ਦੀ ਗਈ ਕੋਈ ਜਾ ਲੰਮੀ ਫਿਰ ਕੀ ਲੈ ਚੈਨ ਲਾਇਆ ਦੂਰੀ ਕਰ ਲਾਂ ਨਾ ਟੁੱਟ ਜਾਣੀ ਨੇ ਵੀ ਟੁੱਟ ਜਾਣੀ ਨੇ ਉਹ ਟੁੱਟ ਜਾਣੀਆਂ ਨੇ ਪਤਾ ਕੀ ਕਰਦਾ ਹੁੰਦਾ ਸੀ ਇਹ ਸਾਨੂੰ ਹੜੀਆਂ ਰੋਟੀਆਂ ਪਕਾਉਂਦਾ ਸੀ ਐ ਵੀ ਸਾਨੂੰ ਇਹ ਹੜੀਆਂ ਹੁਣੇ ਪਕਾਉਂਦਾ ਸੀ ਰੋਟੀਆਂ ਤਾਂ ਆਪ ਜਾਣ ਪਰੌਂਠੇ ਲਾ ਕੇ ਨਾ ਤੇ ਇੱਕਦਮ ਰੱਬੋ ਹੀ ਆ ਗਿਆ ਇਹ ਜਵਾਨ ਪਕਾ ਕੇ ਵੱਖਰੇ ਰੱਖੀ ਬੈਠਾ ਕਿਹੜਾ ਚੱਲ ਹੋਣੀ ਵਿੱਚ ਉਨੀ ਵੇਖ ਖਚਾ ਉਹ ਭਾਵੇਂ ਬੰਦਾ ਹੁਣ ਐਂਡ ਕਿਉਂ ਨੀ ਛੱਡਦਾ ਆਪਣੇ ਇਸ ਵਾਰੀ ਹੈ ਬਲਵੀਰ ਵਾਲੇ ਕੰਮ ਬਣਿਆ ਖੜਾਣਾ ਜੇ ਮੈਂ ਆਖੀ ਨਹੀਂ ਹੋਣੀ ਜਿੰਨੇ ਰੋ ਨਾ ਖੁੱਲਣਾ ਉਹਨਾਂ ਨੇ ਬ੍ਰੇਕ ਲੈ ਰੈਲੀ ਨਹੀਂ ਹੋਣੀ ਕਿਉਂਕਿ ਸਪਰਿੰਗ ਫਾਹੇ ਪਾਉਂਦੇ ਨੇ ਐਵੇਂ ਤਾਂ ਨਹੀਂ 20 ਸਾਲ ਲਾ ਦਿੱਤੇ ਤੁਸੀਂ ਤਾਂ ਕੱਲ੍ਹ ਦੇ ਡਰਾਈਵਰ ਜੇ ਹੈ ਭਾਵੇਂ ਕਿਵੇਂ ਪੰਮਾ ਚਲਾਈ ਚਲੀ ਫਿਰ ਗਰੀਸ ਕੀਤੀ ਹੱਦਾਂ ਚ ਬ੍ਰੇਕਾਂ ਤੁਸੀਂ ਮਾੜਾ ਚਿਹਰਾ ਵਿਖਾ ਦਾ ਕਰ ਇੱਕ ਦਿਨ ਤੇ ਇੱਕ ਦਿਨ ਦਾ ਕੰਮ ਨੀ ਕਰ ਲਓ ਡੇਢ ਮਹੀਨਾ ਵੀਡੀਓ ਡੇਢ ਮਹੀਨਾ ਪੂਰੀ ਵੀਡੀਓ ਚੱਲਣੀ ਤੇਰੀ ਇੱਧਰ ਮੂੰਹ ਕਰਕੇ ਦੱਸ ਕਿਵੇਂ ਤੈਨੂੰ ਫਿਰ ਆਪਾਂ ਦੂਜਾ ਤੇਰਾ ਜਦੋਂ ਤੂੰ ਬਹੁਗਾ ਨਾ ਮਸ਼ਹੂਰ ਰਾਣੇ ਤਰ੍ਹਾਂ ਫਿਰ ਤੈਨੂੰ ਆਪਣੇ ਆਪ ਫੋਨ ਆਇਆ ਕਰਨਗੇ ਵੀ ਉਹ ਬੰਦੇ ਨੂੰ ਮਿਲਾਓ ਤੂੰ ਗੱਲਾਂ ਦਾ ਚਾਰ ਸੁਣਾ ਇੱਧਰ ਮੂੰਹ ਕਰ ਰਹੇ ਨੂੰ ਕਦੋਂ ਕਿਹੜੀ ਵਾਲਾਂ ਵਾਲਾਂ ਦਵਾਈ ਬਹੁਤ ਮਿਲਦੀ ਖਾਈ ਮਾੜੇ ਜਾਣ
ਵੱਡੀ ਦੁਕਾਨ ਹੈ ਸਵਾਹ ਆਹੀ ਮੜਾ ਕਰੇ ਮੂੰਹ ਆਪਾਂ ਨੂੰ ਇੱਕ ਮਿਸਤਰੀ ਨੇ ਦੱਸਿਆ ਵੀ ਤੁਸੀਂ ਦੇਖ ਲਈ ਪਲੇਟ ਖੋਲੋ ਪੰਪ ਦੀ ਰੈਮ ਵੇਖੋ ਪਰ ਰੈਮ ਤੁਹਾਨੂੰ ਫਸੀ ਵੀ ਤਾਂ ਕਰਕੇ ਸਟਾਰਟ ਨਹੀਂ ਹੁੰਦਾ ਵੇ ਆਪਾਂ ਰੈਮ ਚੈੱਕ ਕਰਕੇ ਅਤੇ ਫਿਰ ਦੇਖਦੇ ਕਿਹੜਾ ਪਾ ਦੇ ਖਿੱਚੀ ਪਿਆ ਸਾਨੂੰ ਚੋ ਖਿੱਚੀ ਪਿਆ ਸਾਨੂੰ ਖਿੱਚ ਬਸ ਖਿੱਚੀ ਚੱਲ ਤਿੰਨ ਦਸ ਹਲਕੇ ਦੂਜਾ ਲਾ ਦੀ ਕਰ ਦੂਜਾ ਮਾੜੇ ਚੱਲ ਚਲੋ ਆਹੀ ਇੱਕ ਇੰਜਣ ਛੋਟਾ ਜਿਹਾ ਕਲੋਸ ਕਰਦਾ ਚਾਰ ਸਿਲੰਡਰ ਤਿੰਨ ਬੈਟਰੀ ਲਾਉਣੀਆਂ ਪੈ ਗਈਆਂ ਇਹਨੂੰ ਚੱਲ ਆ ਦੇਖ ਲਓ ਰੌਂਡ ਕਿੰਨਾ ਲੈ ਰਿਹਾ ਇੰਜਣ ਓਏ ਬੰਦ ਕਰੀਏ ਕਰੀਏ ਹੁਣ ਲਾ ਉੱਤੇ ਬੈਠ ਚੜਾ ਦੇ ਉੱਤੇ ਤਿੰਨਾਂ ਬੈਂਡਿਆਂ ਨਾਲ ਉੱਠਿਆ ਇੰਜਣ ਹੈ ਇੱਕ ਹਾਂ ਦੋਵੇਂ ਚੜਾ ਦੇ ਦੋ ਤਿੰਨ ਤਿੰਨਾਂ ਨੇ ਉਠਾਇਆ ਜੀ ਇੰਜਣ ਨੂੰ ਚੱਲ ਫਿਰ ਇਹਨੂੰ ਨਾ ਕੱਢਦਾ ਅਜੇ ਲਿਆ ਫਿਰ ਚੱਲ ਚੱਲ ਹੈਂ ਪੰਮਿਆ ਇਹਨੂੰ ਆਪਣੇ ਬੰਦੇ ਨੂੰ ਕਿੰਨੇ ਟਾਈਮ 'ਚ ਡਰਾਈਵਰ ਬਣਾ ਦੇਗਾ ਕਿੰਨੇ ਟਾਈਮ 'ਚ ਡਰਾਈਵਰ ਬਣਾ ਸਕਦਾ ਇਹਨੂੰ ਦੋ ਦਿਨਾਂ 'ਚ ਆ ਇਸ ਬੰਦੇ ਨੂੰ ਹੈਂ ਪੱਕਾ ਇਹ ਗੱਲ ਸੁਣ ਲੈ ਉਹ ਵੇਖ ਲੈ ਇੱਧਰ ਮੇਰੇ ਮੂੰਹ ਕਰ ਇੱਧਰ ਇੱਕ ਮਿੰਟ ਕਰ ਉਹਦੇ ਦੋ ਤਿੰਨ ਦਿਨ ਡਰਾਈਵਰ ਬਣਾ ਦੇਗਾ ਤੈਨੂੰ ਕੀ ਲੱਗਦਾ ਉਹ ਮੂੰਹ ਦਾ ਕਰ ਘੰਟਾ ਦਾ ਹਾਵ ਨਾਲ ਗੱਲ ਕਰੇ ਮੇਰੇ ਨਾਲ ਇੱਧਰ ਮੂੰਹ ਕਰੀ ਮਾੜਾ ਜਿਹਾ ਮੂੰਹ ਕਰ ਲੈ ਹੁਣ ਕੁਛ ਨੀ ਹੁੰਦਾ ਤੈਨੂੰ ਕੋਈ ਹੁਣੇ ਤੈਨੂੰ ਕਿਸੇ ਨੇ ਵੇਖ ਨੀ ਲੈਣਾ ਤੈਨੂੰ ਕੱਲ ਨੂੰ ਲੋਕਾਂ ਨੂੰ ਵੇਖਣਾ ਆਪਾਂ ਕਿਹੜਾ ਕਿਸੇ ਨੂੰ ਜਾਣਦੇ ਹਾਂ ਤੂੰ ਕਿਸੇ ਨੂੰ ਜਾਣਦਾ ਕਿੰਨੇ ਤੈਨੂੰ ਵੇਖਿਆ ਕਿੰਨੇ ਨੀ ਵੇਖਿਆ ਇੱਧਰ ਮੂੰਹ ਕਰ ਰਹੇ ਤੂੰ ਮੈਂ ਘੰਟਾ ਦੇ ਹਿਸਾਬ ਨਾਲ ਬਣ ਜਾਗਾ ਉਹ ਨਾ ਮੈਂ ਤਿੰਨਾਂ ਨੇ ਬਣਾਉਂਦਾ ਤੂੰ ਤੇਰੇ ਚ ਕੀ ਕਿੰਨਾ ਘੰਟਾ ਦੇ ਹਿਸਾਬ ਦੇ ਬਣਨਾ ਬਣਨਾ ਹੋਰ ਪੱਕੀ ਗੱਲ ਹੈ ਪੱਕੀ ਗੱਲ ਹੈ ਹੋਰ ਰੋਟੀ ਪਕਾਉਣ ਦਾ ਡਰਾਈਵਰ ਕੀ ਮਸ਼ੀਨ ਦਾ ਏ ਅੱਛਾ ਹੋਰ ਹੈ ਤੇ ਆਪਾਂ ਇੰਗਾ ਰੋਟੀ ਖਾਈ ਤਾਂ ਚੱਲੀਏ ਮੰਡੀ ਇੱਕ ਰੀ ਤੇ ਤਾਂ ਡਰਾਈਵਰ ਬਣਾਉਣਾ ਹੈ ਠੀਕ ਠੀਕ ਉਹ ਅਸੀਂ ਜਾ ਰਹੇ ਹਾਂ ਹੁਣ ਮੰਡੀ ਸਮਾਨ ਆਪਣਾ ਮੰਡੀ ਮੇਰੇ ਟਾਇਰ ਨੂੰ ਬੀਤ ਦੇ ਉਹਦੇ ਕਿਵੇਂ ਮੈਨੂੰ ਪਤਾ ਹੀ ਨਾ ਲੱਗੇ ਕਿਵੇਂ
ਛੱਡ ਕੇ ਤੂੰ ਕੋਈ ਗਿਆ ਹੈ ਇੰਜਣ ਉਹਦੇ ਥ੍ਰੈਸ਼ਰ ਵੀ ਗਿਆ ਸ਼ਾਫਟ ਜਾਣੀ ਪੈਣੀ ਆ ਆਪਣੀ ਤੇ ਉੱਥੇ ਦਿਹਾੜੀ ਲੈ ਜਾਣੀ ਪਤਾ ਕਿਵੇਂ ਉੱਥੇ ਸਮਾਨ ਸਮੂਨ ਕਦੇ ਇਕੱਠਾ ਕਰ ਕੁੜ ਕੇ ਦੇਣਾ ਪੈਣਾ ਮਿਸਤਰੀਆਂ ਨੂੰ ਤਾਂ ਕਰਕੇ ਤੈਨੂੰ ਨਾ ਹੋਰ ਤਾਂ ਕੋਈ ਗੱਲ ਨੀ ਗੀ ਕਿੰਨਾ ਹੀ ਟਾਈਮ ਨਾਲ ਆ ਜਾਣਾ ਕਿਸੇ ਚਿਰ ਜਾਂਦੇ ਜਦੋਂ ਅਸੀਂ ਵਰਤ ਸਕਦੇ ਹਾਰੀ ਹਾਰੀ ਦਿਹਾੜੀ ਰਾਤ ਬਾਰਾਂ ਵਜੇ ਆਉਂਦੇ ਹੁੰਦੇ ਘਰੇ ਹਿਸਾਬ ਲਾ ਲੈ ਉਹ ਵੀ ਟਾਈਮ ਸੀ ਨਾ ਕੋਈ ਅਜੇ ਆ ਜਾ ਫਿਰ ਚੱਲਣਾ ਮੰਡੀ ਉਹ ਆਪਾਂ ਦੋਵਾਂ ਰੋਟੀ ਖਾਣੀ ਆਇਆ ਆਇਆ।